ਸਤਿ ਸ਼੍ਰੀਕਾਲ ਮੈਂ ਬ੍ਰਿੰਦਰ ਸਿੰਘ ਤੁਹਾਡੇ ਆਪਣੇ YouTube ਚੈਨਲ ਪਿੰਡੂ ਕੀਤੇ ਉੱਤੇ ਆਪ ਸਭ ਦਾ ਸਵਾਗਤ ਕਰਦਾ ਹਾਂ ਅੱਜ ਗੱਲ ਕਰਾਂਗੇ ਵੀ ਆਪਾਂ ਆਪਣੇ ਡੈਰੀ ਫਾਰਮ ਨੂੰ ਕਾਮਯਾਬ ਕਰਨ ਲਈ ਕਿਸ ਪਹਿਲੂ ਤੇ ਆਪਾਂ ਨੂੰ ਸਭ ਤੋਂ ਜ਼ਿਆਦਾ ਕੰਮ ਕਰਨਾ ਚਾਹੀਦਾ ਹੈ ਸਭ ਤੋਂ ਜ਼ਿਆਦਾ ਆਪਾਂ ਨੂੰ ਆਪਣੇ ਡੈਰੀ ਫਾਰਮ ਨੂੰ ਕਾਮ ਕਾਮਯਾਬ ਕਰਨ ਲਈ ਨਸਲ ਸੁਧਾਰ ਤੇ ਕੰਮ ਕਰਨਾ ਚਾਹੀਦਾ ਹੈ ਜਦੋਂ ਆਪਣੇ ਪਸ਼ੂਆਂ ਦੀ ਨਸਲ ਦੇ ਵਿੱਚ ਸੁਧਾਰ ਹੋਏਗਾ ਆਪਣੇ ਕੋਲ ਚੰਗੇ ਪਸ਼ੂ ਤਿਆਰ ਹੋ ਜਾਂਦੇ ਨੇ ਤੇ ਮਿਲਕ ਪ੍ਰੋਡਕਸ਼ਨ ਵੀ ਵਧਦਾ ਹੈ ਜਦੋਂ ਮਿਲਕ ਪ੍ਰੋਡਕਸ਼ਨ ਵਧਦਾ ਹੈ ਤਾਂ ਆਪਣੀ ਆਮਦਨ ਵਾਧੀ ਹੈ ਤੇ ਉਸ ਨਾਲ ਡੈਰੀ ਫਾਰਮ ਕਾਮਯਾਬ ਹੁੰਦਾ ਹੈ ਨਸਲ ਸੁਧਾਰ ਵਿੱਚ ਸਭ ਤੋਂ ਜ਼ਿਆਦਾ ਗੱਲ ਆ ਜਾਂਦੀ ਹੈ ਕਿ ਆਪਾਂ ਨੇ ਜਦੋਂ ਆਪਣੀ ਮੱਝ ਦੀ ਏਆਈ ਕਰਾਉਣੀ ਹੈ ਏਆਈ ਲਈ ਕਿਹੜਾ ਸੀਮਨ ਵਰਤਿਆ ਜਾਵੇ ਤੇ ਕਿਵੇਂ ਪਤਾ ਲੱਗੇ ਵੀ ਜਿਹੜਾ ਆਪਾਂ ਸੀਮਨ ਵਰਤ ਰਹੇ ਹਾਂ ਉਹ ਬਹੁਤ ਜ਼ਿਆਦਾ ਚੰਗਾ ਹੈ ਅੱਜ ਆਪਾਂ ਤੁਹਾਨੂੰ ਇਹੀ ਅੱਜ 4-5 ਗੱਲਾਂ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਧਿਆਨ ਵਿੱਚ ਰੱਖ ਕੇ ਸੀਮਨ ਦੀ ਸਿਲੈਕਸ਼ਨ ਕਰੋਗੇ ਆਪਣੇ ਮੱਝ ਦੀ ਏਆਈ ਕਰਵਾਉਣ ਲਈ ਤਾਂ ਤੁਹਾਡੇ ਕੋਲ ਬਹੁਤ ਚੰਗੀ نسل ਦੇ ਕਹਾ ਪਸ਼ੂ ਤਿਆਰ ਹੋਣਗੇ ਇਹ ਪੰਜ ਮੈਂ ਆਪਣੇ ਵੱਲੋਂ ਪੰਜ ਪਹਿਲੂ ਨੋਟ ਕਰੇ ਨੇ ਜੇ ਆਪਾਂ ਪੰਜੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਾਂਗੇ ਤਾਂ ਬਹੁਤ ਚੰਗਾ ਰਿਜ਼ਲਟ ਅੱਗੇ ਆਊਗਾ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਜਦੋਂ ਆਪਾਂ ਕੋਈ ਵੀ ਬੁੱਲ ਦੀ ਸਿਲੈਕਸ਼ਨ ਕਰਨੀ ਹੈ ਵੀ ਆਪਣੇ ਪਸ਼ੂ ਨੂੰ ਏਆਈ ਕਰਵਾਉਣ ਲਈ ਤਾਂ ਉਸ ਦੇ ਮਾਪੇ ਦਾ ਡਿਟੇਲ ਹੋਵੇ ਵੀ ਜਿਵੇਂ ਕੋਈ ਬੋਲਾਪਾ ਸੈLECTION ਕਰਨਾ ਹੈ ਉਹਦੇ ਬਾਪ ਦਾ ਪਤਾ ਹੋਵੇ ਬਾਪ ਕੌਣ ਆ ਉਹਦੀ ਮਾਂ ਦਾ ਪਤਾ ਹੋਵੇ ਦਾਦੇ ਦਾ ਪਤਾ ਹੋਵੇ ਦਾਦੀ ਦਾ ਤੇ ਨਾਨੇ ਤੇ ਨਾਨੀ ਦਾ ਵੀ ਜੇ ਜ਼ਿਆਦਾ ਨਾ ਹੋ ਸਕੇ ਤਾਂ ਐਟ ਲਾਈਸਟ ਮਾਂ ਤੇ ਬਾਪ ਦਾ ਜ਼ਰੂਰ ਪਤਾ ਹੋਵੇ ਉਹਦੀ ਮਾਂ ਕੌਣ ਆ ਬਾਪ ਕੌਣ ਆ ਇਹਦਾ ਆਪਾਂ ਨੂੰ ਇਹ ਫਾਇਦਾ ਹੈ ਕਿਉਂਕਿ ਆਪਣੇ ਫਾਰਮ ਦੇ ਵਿੱਚ ਇਨਬਰੀਡਿੰਗ ਨਾ ਹੋ ਜਵੇ ਜੇ ਇਨਬਰੀਡਿੰਗ ਹੁੰਦੀ ਆ ਤਾਂ ਉਹਦੇ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣੇ ਪੈ ਸਕਦੇ ਨੇ ਉਹਦੇ ਆਪਾਂ ਕਦੇ ਫੇਰ ਇਨਬਰੀਡਿੰਗ ਤੇ ਪੂਰੀ ਵੀਡੀਓ ਲੈ ਕੇ ਆਵਾਂਗੇ ਵੀ ਉਹਦੇ ਕੀ ਨੁਕਸਾਨ ਨੇ ਤਾਂ ਜ਼ਿਆਦਾਤਰ ਉਹ ਦੋ ਗੱਲਾਂ ਦਾ ਧਿਆਨ ਇੱਚ ਰੱਖਿਆ ਜਾਵੇ ਵੀ ਮਾਂ ਤੇ ਬਾਪ ਦਾ ਦਾ ਜ਼ਰੂਰ ਪਤਾ ਹੋਵੇ ਜੇ ਜ਼ਿਆਦਾ ਹਿਸਟਰੀ ਨਹੀਂ ਹੈ ਦੂਜੇ ਨੰਬਰ ਤੇ ਜਿਹੜਾ ਬੁੱਲ ਦੀ ਆਪਾਂ ਸਿਲੈਕਸ਼ਨ ਕਰ ਰਹੇ ਆ ਆਪਣੀ ਮੱਝ ਦੇ ਏਆਈ ਕਰਵਾਉਣ ਲਈ ਉਸ ਦੀ ਮਿਲਕ ਰਿਕਾਰਡ ਹੋਇਆ ਹੋਵੇ ਕਿਸੇ ਵੀ ਹੋਵੇ ਚ ਆਇਓ ਕਿਸੇ ਸਰਕਾਰੀ ਸੰਸਥਾ ਚ ਮਿਲਕ ਰਿਕਾਰਡ ਹੋਇਆ ਹੋਵੇ ਹੋਵੇ ਜਾਂ ਫਿਰ ਕਿਸੇ ਮੇਲੇ ਤੇ ਚਵਾਈ ਹੋਈ ਵੀ ਹੋਵੇ ਜਾਂ ਉਹਦੀ ਲਾਈਵ ਚਵਾਈ ਹੋਈ ਵੀ ਹੋਵੇ ਆਪਾਂ ਨੂੰ ਪਤਾ ਹੋਵੇ ਵੀ ਇਹਦੀ ਮਾਂ ਨੇ ਇੰਨਾ ਦੁੱਧ ਕੱਢਿਆ ਏ ਆਪਣੀ ਉਸ ਚਵਾਈ ਚ ਤਾਂ ਆਪਾਂ ਨੂੰ ਤਾਂ ਹੀ ਆਪਾਂ ਲਾਵਾਂਗੇ ਵੀ ਜੇ ਕੋਈ 25 26 ਲੀਟਰ ਕਹਿੰਦਾ ਉਹਦਾ ਪ੍ਰੂਫ ਹੋਵੇ ਵੀ ਹਾਂ ਇਹਦੀ ਮੱਜ ਨੇ ਮਾਂ ਨੇ ਦੁੱਧ ਕੱਢਿਆ ਏ ਜੇ ਪ੍ਰੂਫ ਹੋਊਗਾ ਤਾਂ ਉਹ ਬੁੱਲ ਦਾ ਪਤਾ ਹੀ ਆਪਾਂ ਨੂੰ ਵੀ ਕਹਾਂ ਜਾ ਕੇ ਰਿਜ਼ਲਟ ਚੰਗਾ ਆਊਗਾ ਅਤੇ ਤੀਜੇ ਨੰਬਰ ਤੇ ਗੱਲ ਹੈ ਆਪਾਂ ਨੂੰ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਹਮੇਸ਼ਾ ਪ੍ਰੋਜਨੀ ਟੈਸਟਡ ਬੁੱਲ ਹੀ ਵਰਤਣੇ ਚਾਹੀਦੇ ਹਨ ਚਲੋ ਜਿਹਦੇ ਕੋਲ ਦਾ 20 25 ਡੰਕਰਾਂ ਉਹ ਤਾਂ ਨਾਰਮਲ ਬੁੱਲ ਵੀ ਵਰਤ ਸਕਦਾ ਏ ਪਰ ਜਿਨ੍ਹਾਂ ਕੋਲ ਘੱਟ ਜਾਨਵਰ ਨੇ 1 2 ਪਸ਼ੂਏ ਆ ਉਹਨਾਂ ਨੂੰ ਸਿਰਫ ਪ੍ਰੋਜਨੀ ਟੈਸਟਡ ਬੁੱਲੀ ਵਰਤਣੀ ਚਾਹੀਦੀਆਂ ਪ੍ਰੋਜਨੀ ਟੈਸਟਡ ਦਾ ਮਤਲਬ ਹੈ ਜਿਹੜੇ ਬੁੱਲ ਦੀਆਂ ਧੀਆਂ ਨੇ ਦੁੱਧ ਦੇ ਪ੍ਰੂਫ ਕਰ ਦਿੱਤਾ ਹੈ ਵੀ ਦੁੱਧ ਦੇ ਆਏ ਜਿਨ੍ਹਾਂ ਦੀਆਂ ਧੀਆਂ ਨੇ ਜਿਹੜੇ ਬੁੱਲਾਂ ਦੀਆਂ ਧੀਆਂ ਨੇ ਕਹਾ ਜਨਮ ਲਿਆ ਉਹਨਾਂ ਦੀ ਏਆਈ ਕਰਵਾਈ ਗਈ ਬੁੱਲਾਂ ਦੀ ਤੇ ਉਹਨਾਂ ਦੀਆਂ 3 ਆਈਆਂ 3 ਨੇ ਪਹਿਲੇ ਬਿਆੰਤ ਵਿੱਚ ਦੁੱਧ ਕੜਤਾ ਇਹ ਪ੍ਰੂਫ ਕਰਤਾ ਵੀ ਉਹ ਬੁੱਲੀ ਇੱਕ ਪ੍ਰੋਜਨੀ ਟੈਸਟਡ ਬੁੱਲਾ ਹੈ ਤਾਂ ਫਿਰ ਆਪਾਂ ਸੇਫ ਹੋ ਜਾਂਦੇ ਆ ਵੀ ਆਪਣੇ ਕੋਲ ਵੀ ਜੋ ਆਪਾਂ ਏਆਈ ਕਰਵਾਵਾਂਗੇ ਜਿਹੜੀ ਮੱਝ ਦੇ ਤਾਂ ਉਹਦੇ ਆਉਣੇ ਵਾਲਾ ਬੱਚਾ ਆਪਣੇ ਕੋਲ ਦੁੱਧ ਉਹਦੇ ਨਾਲੋਂ ਜ਼ਿਆਦਾ ਕੱਢੂਗਾ ਤੇ ਚੌਥੇ ਨੰਬਰ ਦੀ ਗੱਲ ਆ ਜਾਂਦੀ ਹੈ ਆਪਾਂ ਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੀ ਮੱਜ ਦੇ ਵਿੱਚ ਕੀ ਕਮੀ ਹੈ ਜਿਵੇਂ ਲਾ ਲਓ ਕਿ ਕਿਸੇ ਮੱਜ ਦਾ ਲਿਓਰਟੀ ਸਹੀ ਨਹੀਂ ਹੁੰਦੀ ਸਿੰਘ ਨਹੀਂ ਹੁੰਦੇ ਬਿਊਟੀ ਨਹੀਂ ਹੁੰਦੀ ਜਾਂ ਫਿਰ ਪੁੱਠਾ ਹੌਲਾ ਹੁੰਦਾ ਏ ਆਪਾਂ ਨੂੰ ਇਸ ਲਈ ਸਿਲੈਕਸ਼ਨ ਕਰਦੇ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਉਹ ਬੁੱਲਾਂ ਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ ਵੀ ਜਿਨ੍ਹਾਂ ਚ ਉਹ ਚੀਜ਼ ਸਰਪਲੱਸ ਹੋਵੇ ਪਲੱਸ ਹੋਵੇ ਜਿਵੇਂ ਲਾ ਲਓ ਵੀ ਆਪਣੇ ਐਗਜ਼ਾਮਪਲ ਦੇ ਤੌਰ ਤੇ ਲਾ ਲਓ ਆਪਣੇ ਮੱਜ ਦੀ ਕਿਸੇ ਦੀ ਲਿਓਰਟੀ ਨਹੀਂ ਚੰਗੀ ਹੈਗੀ ਜਾ ਫਿਰ ਲਿਓਟੀ ਦੀ ਬਨਾਪਟ ਨਹੀਂ ਚੰਗੀ ਹੈਗੀ ਸ਼ੇਪ ਨਹੀਂ ਠੀਕ ਹੈਗੀ ਤਾਂ ਆਪਾਂ ਇਹੋ ਜਿਹਾ ਬੁੱਲ ਦੀ ਤੋਂ ਉਹਦੇ ਏਆਈ ਕਰਵਾਈ ਜਾਵੇ ਵੀ ਜਿਹੜਾ ਲਿਓਟੀ ਚ ਸਰਪਲਸ ਹੋਵੇ ਉਹਦੀਆਂ ਲਿਓਟੀ ਚੰਗੀ ਹੋਵੇ ਉਹਦੀ ਮਾਂ ਦੀ ਦਾਦੀ ਦੀ ਬੁੱਲ ਦੀ ਦੀ ਪਿੱਛੇ ਲਿਓਟੀਆਂ ਚੰਗੀਆਂ ਹੁੰਨ ਤੇ ਉਹਦੀਆਂ ਜਹਾਂ ਧੀਆਂ ਆ ਰੀਆਂ ਨੇ ਉਹਨਾਂ ਦੀ ਵੀ ਲਿਓਟੀ ਬਹੁਤ ਵਧੀਆ ਹੁੰਦੀ ਹੋਵੇ ਇਹ ਗੱਲ ਦਾ ਧਿਆਨ ਰੱਖੋ ਜੇ ਆਪਣੇ ਕੋਲ ਲਾ ਲਓ ਕੋਈ ਮੱਝ ਦੇ ਸਿੰਘ ਨਹੀਂ ਚੰਗੇ ਬਿਊਟੀ ਚ ਨਹੀਂ ਹੈਗੀ ਤਾਂ ਆਪਾਂ ਨੂੰ ਮਿਲਕ ਦੇ ਨਾਲ 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 ਬਿਊਟੀ ਵਾਲੇ ਬੁੱਲਾਂ ਤੇ ਜਾਣਾ ਚਾਹੀਦਾ ਜਿਵੇਂ ਮਾਰਕੀਟ ਚ ਬਹੁਤ ਸਰਕਾਰੀ ਪ੍ਰਾਈਵੇਟ ਬਹੁਤ ਜ਼ਿਆਦਾ ਬੁੱਲ ਨੇ ਜਿਹੜੇ ਮਿਲਕ ਚ ਵੀ ਹਾਈ ਨੇ ਤੇ ਉਹਨਾਂ ਦੀ ਬਿਊਟੀ ਵੀ ਬਹੁਤ ਚੰਗੀ ਐ ਅਤੇ ਪੰਜਵੀਂ ਚੀਜ਼ ਦੇ ਵਿੱਚ ਸਭ ਤੋਂ ਵੱਡੀ ਪੰਜਵੀਂ ਚੀਜ਼ ਨੂੰ ਮੰਨਦਾ ਮੈਂ ਪੰਜਵੀਂ ਗੱਲ ਨੂੰ ਜੇ ਆਪਾਂ ਇਹਦਾ ਖਿਆਲ ਰੱਖਾਂਗੇ ਤਾਂ ਹੀ ਇਹ ਸਾਰੀਆਂ ਚਾਰੇ ਗੱਲਾਂ ਦਾ ਆਪਾਂ ਨੂੰ ਬੈਨੀਫਿਟ ਮਿਲੂਗਾ ਉਹ ਹੈਗੀ ਐ ਸੀਮਨ ਦੀ ਡੁਪਲੀਕੇਸੀ ਕਦੇ ਵੀ ਜੋ ਵੀ ਤੁਸੀਂ ਆਪਣੀ ਮੱਜ ਦੇ ਏਆਈ ਕਰਵਾਉਨੇ ਹੋ ਜਿਹੜੇ ਵੀ ਬੁੱਲਦੀ ਕਰੋ AI ਕਰਵਾਉਨੇ ਹੋ ਉਸ ਦਾ ਤੁਹਾਨੂੰ ਐ ਤਸੱਲੀ ਹੋਵੇ ਵੀ ਜਿਹੜਾ ਤੁਹਾਡੇ ਸੀਮਨ ਤੁਹਾਡੀ ਮੱਝ ਦੇ ਸੀਮਨ ਲਗਾਇਆ ਜਾ ਰਿਹਾ ਹੈ ਉਹ オリジナル ਹੈ ਜੇ ਸੀਮਨ ਹੀ ਡੁਪਲੀਕੇਟ ਹੈ ਤਾਂ ਜਿਹੜੀਆਂ ਆਪਾਂ ਪਿੱਛੇ ਚਾਰ ਇਹ ਗੱਲਾਂ ਕਈਆਂ ਨੇ ਇਹਨਾਂ ਦਾ ਵੀ ਕੋਈ ਮਤਲਬ ਹੈ ਨਹੀਂ ਰਹਿੰਦਾ ਜੇ ਸੀਮਨ ਡੁਪਲੀਕੇਟ ਲੱਗ ਗਿਆ ਹਮੇਸ਼ਾ ਆਪਾਂ ਨੇ ਧਿਆਨ ਰੱਖਣਾ ਹੈ ਵੀ ਜੇ ਤੁਸੀਂ ਸੀਮਨ ਤੁਹਾਡੇ ਕੋਲ ਟਰਸਟਡ ਬੰਦੇ ਕੋਲ ਹੋਵੇ ਜਾਂ ਫਿਰ ਤੁਸੀਂ ਆਪ ਲਿਆਂਦਾ ਹੋਵੇ ਮਾਲਕਾਂ ਕੋਲ ਜੇ ਪ੍ਰਾਈਵੇਟ ਜਾਂ ਤੁਸੀਂ ਕੋਈ ਸਰਕਾਰੀ ਸੰਸਥਾ ਤੋਂ ਲੰਨੇ ਹੋ ਸੀਮਨ ਤੇ ਬਹੁ ਚੰਗੀ ਤਰ੍ਹਾਂ ਗੌਰ ਕਰੀ ਜਾਵੇ ਵੀ ਸੀਮਨ ਡੁਪਲੀਕੇਟਰ ਨਾਲ ਲੱਗ ਜੇ ਜੇ ਸੀਮਨ ਡੁਪਲੀਕੇਟ ਲੱਗ ਗਿਆ ਬੁੱਲ ਦਾ ਨਾਂ ਵੀ ਖਰਾਬ ਹੋਊਗਾ ਤੇ ਤੁਹਾਡੇ ਕੋਲ ਵੀ ਰਿਜ਼ਲਟ ਨਹੀਂ ਆਉਣਾ ਕਿਉਂਕਿ ਆਪਾਂ 5 ਤੋਂ 7 ਮਹੀਨੇ ਸੌਰੀ 5 ਸਾਲ 4 ਸਾਲ ਦੀ 3 ਸਾਲ ਦੀ ਕੱਟੀ ਕਰਕੇ ਫੇਰ ਆ ਆਸ ਲਵਾਉਣੀ ਆ ਫੇਰ ਉਹ ਸੁੰਦੀ ਆ ਮਤਲਬ 4 ਸਾਲ ਤਾਂ ਆਪਾਂ ਨੂੰ ਵੇਟ ਕਰਨੀ ਪੈਂਦੀ ਆ ਉਹ ਫਿਰ ਕਿਸਾਨ ਦਾ ਬਹੁਤ ਜ਼ਿਆਦਾ ਲਾਸ ਹੁੰਦਾ ਏ ਆਪਾਂ ਨੂੰ ਇਹ ਪੰਜੇ ਜੇ ਆਪਾਂ ਆ ਪੰਜੇ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਮੈਂ 100% ਕਹਿ ਸਕਦਾ ਹਾਂ ਵੀ ਆਪਣੇ ਕੋਲ ਅਗਲੀ ਜਨਰੇਸ਼ਨ ਜਿਹੜੀ ਪੈਦਾ ਹੋਊਗੀ ਉਹ ਜਿਹੜੀ ਤੁਹਾਡੇ ਕੋਲ ਮੱਝ ਹੋਊਗੀ ਉਹਦੇ ਨਾਲ ਉਹ ਚੰਗੀ ਪੈਦਾ ਹੋਊਗੀ ਮਿਲਕ ਚ ਵੀ ਵਧੀਆ ਹੋਊਗੀ ਬਿਊਟੀ ਚ ਵੀ ਚੰਗੀ ਹੋਊਗੀ ਤੇ ਜਦ ਆਪਣੇ ਕੋਲ ਪਸ਼ੂ ਚੰਗਾ ਆਉਂਦਾ ਏ ਤਾਂ ਉਹਦੇ ਨਾਲ ਆਪਣਾ ਨੂੰ ਉਹਦਾ ਮੁੱਲ ਵੀ ਜ਼ਿਆਦਾ ਮਿਲਦਾ ਜਿਵੇਂ ਆਪਾਂ ਹੁਣ ਪਿਛਲੀਆਂ ਵੀਡੀਆਂ ਚ ਆਪਣੀਆਂ ਚ ਕਹੀਂ ਵੀਡੀਆਂ ਚ ਦਿਖਾਇਆ ਵੀ ਲੋਕੀ ਬੀਰਾਂ ਕੋਲ ਕਿਵੇਂ-ਕਿਵੇਂ ਚੰਗੇ-ਚੰਗੇ ਬੁੱਲਾਂ ਦੀਆਂ ਪੌਸਨ ਅੱਖੀਆਂ ਝੋਟੀਆਂ ਆ ਰਹੀਆਂ ਨੇ ਤੇ ਆਪਾਂ ਇਹ ਆਪਣੀ ਇਹੀ ਰਿਕਵੈਸਟ ਹੈ ਵੀ ਇਹਨਾਂ ਪੰਜ ਗੱਲਾਂ ਨੂੰ ਹਰੇਕ ਕਿਸਾਨ ਵੀਰ ਧਿਆਨ ਵਿੱਚ ਰੱਖ ਕੇ ਹੀ ਏਆਈ ਕਰਵਾਵੇ ਤਾਂ ਉਹਨਾਂ ਕੋਲ ਵੀ ਬਰੀਡ ਚੰਗੀ ਬਰੀਡ ਤਿਆਰ ਹੋ ਸਕੇ ਤੁਸੀਂ ਆਪਣੇ YouTube ਚੈਨਲ ਪਿੰਡੂ ਕੀਤੇ ਨਾਲ ਜੁੜੇ ਰਹੋ ਆਪਾਂ ਹੋਰ ਵੀ ਕਿਸਾਨਾਂ ਦੇ ਤਜਰਬੇ ਤੇ ਨੌਲੇਜ ਦੀਆਂ ਵਿਡੀਆਂ ਆ ਕੇ ਲੈ ਕੇ ਆਉਂਦੇ ਰਹਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ